ਅੱਜ ਹਲਕਾ ਗੜ੍ਹਸ਼ੰਕਰ ਦੇ ਲਈ ਮੈਂ ਸਮਝਦਾ ਕਿ ਬੜਾ ਇਤਿਹਾਸਕ ਦਿਨ ਹੈ। ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਹਲਕਾ ਗੜ੍ਹਸ਼ੰਕਰ ਤੋਂ ਸਾਡੇ ਵੱਖ ਵੱਖ ਪਾਰਟੀਆਂ ਤੋਂ ਵੱਖ ਵੱਖ ਅਹੁਦੇਦਾਰ ਸਾਹਿਬਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਆ। ਮੈਂ ਸਾਰਿਆਂ ਨੂੰ ਜੀ ਆਖਦਾ। ਅੱਜ ਇਹਨਾਂ ਸਾਰਿਆਂ ਨੇ, ਸਾਡੇ ਸਾਥੀਆਂ ਨੇ, ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਜੋ 2 ਸਾਲ ਦੇ ਕੰਮਕਾਰ ਹੈ ਉਹਨਾਂ 'ਤੇ ਮੋਹਰ ਲਾਈ ਹੈ। ਉਹਨਾਂ ਨੂੰ ਸ਼ਾਬਾਸ਼ ਦਿੱਤੀ ਹੈ ਕਿ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਜੋ ਗਰੰਟੀਆਂ ਦਿੱਤੀਆਂ ਸਨ ਉਹਦੇ ਉੱਤੇ ਜਿਹੜਾ ਆ ਬਾ ਕਮਾਲ ਕੰਮ ਕੀਤਾ ਹੈ। ਔਰ ਹਲਕਾ ਗੜ੍ਹਸ਼ੰਕਰ ਦੇ ਵਿੱਚ ਵੀ ਉਹਨਾਂ ਨੇ ਵਿਕਾਸ ਦੇ ਪੱਖੋਂ ਕਿਸੇ ਕਿਸੇ ਦੀ ਜਿਹੜੀ ਹੈ ਕਿਸੇ ਵੀ ਕਿਸਮ ਦੀ ਜਿਹੜੀ ਕੋਈ ਕਸਰ ਨਹੀਂ ਰੱਖੀ। ਹਲਕਾ ਗੜ੍ਹਸ਼ੰਕਰ ਦੇ ਵਿੱਚ ਸਭ ਤੋਂ ਪਹਿਲਾਂ 3 ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਉਸ ਤੋਂ ਬਾਅਦ ਜਿਹੜਾ ਆ ਬਾਈਪਾਸ ਨੂੰ ਮਨਜ਼ੂਰੀ ਜਿਹਦਾ ਸਰਵੇ ਦਾ ਕੰਮ ਚੱਲ ਰਿਹਾ, ਉਸ ਤੋਂ ਬਾਅਦ ਬਾਈਪਾਸ ਦੇ ਨਾਲ ਨਾਲ ਸੀਵਰੇਜ ਦਾ ਕੰਮ ਜਿਹੜਾ ਆ ਜਿਹਦਾ 14 ਕਰੋੜ ਦੇ ਪਿੱਛੇ ਅਸੀਂ ਉਦਘਾਟਨ ਕਰਕੇ ਹਟੇ ਹਾਂ, ਜਿਹੜਾ ਕੰਮ ਬੜੇ ਲੰਮੇ ਸਮੇਂ ਤੋਂ ਪਿਆ ਸੀ, ਜਿਹਦੇ ਵਿੱਚ 5.5 ਕਰੋੜ ਦਾ ਇੱਕ ਅਲੱਗ ਜਿਹਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਦੇ ਨਾਲ ਨਾਲ ਜਿਹੜਾ STP ਸੀਗਾ ਜਿਹੜਾ ਸੀਵਰੇਜ ਦਾ ਜਿਹੜਾ ਟ੍ਰੀਟ ਕਰਕੇ ਪਾਣੀ ਬਾਹਰ ਕੱਢਣਾ ਸੀ ਉਹਦੀ ਗੱਲ। ਔਰ ਮਾਲਪੁਰ ਦੇ ਵਿੱਚ ਵੀ 2 ਟਿਊਬਵੈੱਲਾਂ ਦੇ ਨਾਲ ਉੱਥੇ ਸੀਵਰੇਜ ਦੇ ਵਿੱਚ 14 ਕਰੋੜ ਰੁਪਏ ਦੇ ਨਾਲ ਕੰਮ। ਗੜ੍ਹਸ਼ੰਕ ਹਲਕੇ ਦੇ ਵਿੱਚ ਵੱਖ ਵੱਖ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੇ ਟਿਊਬਵੈੱਲ, ਸਿੰਚਾਈ ਵਾਲੇ ਟਿਊਬਵੈੱਲ, ਗੜ੍ਹਸ਼ੰਕ ਹਲਕੇ ਦੇ ਵਿੱਚ ਜਿਹੜਾ ਆ ਨਹਿਰ ਦਾ ਜਿਹੜਾ ਪ੍ਰਬੰਧ ਕਰਕੇ ਜਿਹੜਾ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਦਿੱਤਾ। ਇਹ ਤੋਂ ਇਲਾਵਾ ਹਲਕਾ ਗੜ੍ਹਸ਼ੰਕਰ ਦੇ ਵਿੱਚ ਲਗਭਗ 90% ਲੋਕਾਂ ਦੇ ਜਿਹੜੇ ਬਿਜਲੀ ਦੇ ਬਿੱਲ ਆ ਉਹ ਬਿਲਕੁਲ ਜਿਹੜੇ ਮੁਫਤ। ਔਰ ਇਹਦੇ ਨਾਲ ਨਾਲ ਸਕੂਲ ਆਫ ਐਮੀਨੈਂਸ ਜਿਹਦੇ ਵਿੱਚ 1 ਕਰੋੜ ਰੁਪਏ ਉਸ ਸਕੂਲ ਦੇ ਵਿੱਚ ਲੱਗੇ ਜਿੱਥੇ ਸਾਡੇ ਬੱਚਿਆਂ ਨੇ ਪੜ੍ਹਨਾ। ਇਸ ਤੋਂ ਇਲਾਵਾ ਅਨੇਕਾਂ ਬਹੁਤ ਲੰਬੀ ਲਿਸਟ ਉਹਨਾਂ ਕੰਮਾਂ ਦੀ ਜਿਹਨਾਂ ਨੂੰ ਕੰਮ ਦੇਖਦੇ ਹੋਏ ਆ ਸਾਡੇ ਸਾਰੇ ਸਾਥੀ ਸਾਹਿਬਾਨ ਜਿਹੜੇ ਆ ਪਾਰਟੀ ਵਿੱਚ ਸ਼ਾਮਿਲ ਹੋਏ। ਮੈਂ ਇੱਕ ਇੱਕ ਕਰਕੇ ਆਪਦੇ ਨਾਲ ਸਾਰਿਆਂ ਨੂੰ ਰੂਬਰੂ ਕਰਾਂਗਾ। ਸਭ ਤੋਂ ਪਹਿਲਾਂ ਸਾਡੇ ਗੜ੍ਹਸ਼ੰਕਰ ਦੇ ਨਗਰ ਕੌਂਸਲ ਦੇ ਪ੍ਰਧਾਨ ਤ੍ਰਿੰਬਕ ਦੱਤ ਐਰੀ ਜੀ, ਜੋ ਕਿ ਪਿਛਲੇ ਲਗਭਗ 52 ਸਾਲ ਤੋਂ ਕਾਂਗਰਸ ਦੇ ਵਿੱਚ ਸੇਵਾ ਕਰ ਰਹੇ ਸਨ, ਜਿਨ੍ਹਾਂ ਦੀ ਸਾਡੇ ਸੀਨੀਅਰ ਸਿਟੀਜ਼ਨ ਨੇ 72 ਸਾਲ ਇਹਨਾਂ ਦੀ ਉਮਰ ਹੈ ਔਰ 52 ਸਾਲ ਇਹਨਾਂ ਨੇ ਕਾਂਗਰਸ ਦੇ ਵਿੱਚ ਸੇਵਾ ਕੀਤੀ ਹੈ, ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਇਆ ਮੈਂ ਜੀ ਆਖਦਾ। ਉਹਨਾਂ ਦੇ ਨਾਲੇ ਮੇਰੇ ਖੱਬੇ ਪਾਸੇ ਮੇਰੇ ਭੈਣ ਜੀ ਸਰਬਜੀਤ ਕੌਰ ਜੀ, ਜੋ ਕਿ ਬਲਾਕ ਸੰਮਤੀ ਦੇ ਮੌਜੂਦਾ ਚੇਅਰਮੈਨ ਨੇ ਹਲਕਾ ਗੜ੍ਹਸ਼ੰਕਰ ਤੋਂ, ਅਤੇ ਉਹਨਾਂ ਦੇ ਨਾਲ ਹੀ ਮੇਰੇ ਭੈਣ ਜੀ ਪ੍ਰਵੀਨ ਜੀ, ਜੋ ਕਿ ਕੌਂਸਲਰ ਨੇ ਗੜ੍ਹਸ਼ੰਕਰ ਤੋਂ MC ਸਾਹਿਬਾਨ ਨੇ, ਔਰ ਨਾਲ ਹੀ ਸੋਮਨਾਥ ਬੰਗੜ ਜੀ, ਜੋ ਕਿ 2017 ਤੋਂ ਹੀ ਸਾਡੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਚੱਲ ਰਹੇ ਨੇ, ਜਿਨ੍ਹਾਂ ਨੂੰ ਕਿ ਪਾਰਟੀ ਨੇ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਦੀ ਵੀ ਡਿਊਟੀ ਨਿਭਾਈ ਹੈ। ਔਰ ਇਹਦੇ ਨਾਲ ਹੀ ਜਿਹੜੇ ਸਾਡੇ ਮਾਲਪੁਰ ਤੋਂ ਬਲਵੀਰ ਸਿੰਘ ਢਿੱਲੋਂ ਸਾਹਿਬ ਦੇ ਫਾਦਰ ਸਾਹਿਬ ਨੇ, ਅਜਮੇਰ ਸਿੰਘ ਢਿੱਲੋਂ ਸਾਹਿਬ, ਜਿਨ੍ਹਾਂ ਨੂੰ ਕਿ ਸਬਜ਼ੀ ਮੰਡੀ ਦੀ ਵੀ ਜਿਹੜੀ ਹੈ ਪ੍ਰਧਾਨਗੀ ਦਾ ਨਾਲ ਨਿਵਾਜਿਆ ਗਿਆ, ਔਲ ਜੱਟ ਮਹਾਂਸਭਾ ਆਲ ਇੰਡੀਆ ਜਿਹੜੀ ਹੈ ਉਹਨਾਂ ਦੇ ਵੀ ਬਲਵੀਰ ਸਿੰਘ ਜਿਹੜੇ ਹੈ ਜ਼ਿਲ੍ਹਾ ਦੇ ਪ੍ਰਧਾਨ ਨੇ, ਔਰ ਸੀਨੀਅਰ ਮੀਤ ਪ੍ਰਧਾਨ ਨੇ ਅਜਮੇਰ ਸਿੰਘ ਜੀ ਜਿਹੜੇ ਕਾਂਗਰਸ ਦੇ, ਉਹਨਾਂ ਦੇ ਨਾਲ ਸਾਡੇ ਇੱਕ ਵਾਰ ਇਹਨਾਂ ਦੇ ਵਾਈਫ MC ਰਹੇ ਨੇ, ਇੱਕ ਵਾਰ ਖੁਦ MC ਰਹੇ ਨੇ ਪਰਮਜੀਤ ਜੀ, ਜੋ ਕਿ ਗੜ੍ਹਸ਼ੰਕਰ ਦੇ ਵਿੱਚ ਵੀ ਕਾਂਗਰਸ ਤੋਂ ਸੇਵਾ ਨਿਭਾ ਚੁੱਕੇ ਨੇ, ਔਰ ਨਾਲ ਸਰਦਾਰ ਕੁਲਦੀਪ ਸਿੰਘ, ਇਹ ਵੀ ਪਿੰਡ ਚੱਕ ਸਿੰਘੇ ਤੋਂ ਸਾਡੇ ਜਿਹੜੇ ਸਰਪੰਚ ਸਾਹਿਬ ਨੇ, ਨਾਲ ਹੀ 3 ਵਾਰ ਦੇ ਸਾਡੇ ਬਲਾਕ ਸੰਮਤੀ ਦੇ ਮੈਂਬਰ ਨੇ ਕੇਵਲ ਜੀ, ਪਿੰਡ ਬਿਰੜੋਂ ਰਾਮਪੁਰ ਬਿਰੜੋਂ ਤੋਂ, ਹੁਣ ਇਹਨਾਂ ਨੇ ਵੀ ਅੱਜ 32 ਸਾਲ ਜਿਹੜੀ ਹੈ ਕਾਂਗਰਸ ਦੇ ਵਿੱਚ ਸੇਵਾ ਕੀਤੀ, ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਨੇ। ਨਾਲ ਜਿਹੜੇ ਆਪਣੇ ਥੋੜ੍ਹਾ ਅੱਗੇ ਆਓ ਰਮੇਸ਼ਵਰ ਜੀ, ਤੁਸੀਂ ਚੇਅਰ ਲੈ ਲਓ ਇਸ ਨਾਲ, ਸਾਡੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਨੇ ਰਮੇਸ਼ਵਰ ਸਿੰਘ ਜੀ, ਜਿਹੜੇ ਕਿ ਕਾਂਗਰਸ ਦੇ ਚੋਣ ਨਿਸ਼ਾਨ 'ਤੇ ਜਿੱਤੇ ਸਨ, ਇਹਨਾਂ ਨੇ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਨੇ। ਨਾਲ ਸਾਡੇ ਅੱਗੇ ਕੀ ਆ ਜਾਓ, ਦੇਖਦਾ ਰਹੂੰਗਾ ਕੋਈ ਮਿਸ ਹੋ ਜਾਵੇ, ਸਰਬਜੀਤ ਸਿੰਘ ਜੀ, ਅਤੇ ਨਾਲ ਬੰਟੀ ਤਨੇਜਾ ਜੀ, ਜੋ ਕਿ ਗੜ੍ਹਸ਼ੰਕਰ ਦੇ ਵਿੱਚ ਸ਼ਹਿਰੀ ਪ੍ਰਧਾਨ ਰਹੇ ਨੇ ਕਾਂਗਰਸ ਦੇ, ਔਰ ਉਹਨਾਂ ਦੇ ਨਾਲ ਲਖਵੀਰ ਸਿੰਘ ਬਿੱਲਾ ਜੀ, ਜੋ ਕਿ ਯੂਥ ਵਿੱਚ ਕਾਫੀ ਸਮੇਂ ਤੋਂ ਜਿਹੜਾ ਆਪਣੀ ਸੇਵਾ ਇਲਾਕੇ ਦੇ ਵਿੱਚ ਨਿਭਾ ਰਹੇ ਨੇ। ਉਹਨਾਂ ਦੇ ਨਾਲ JK ਜੀ, ਜਿਹੜੇ ਕਿ 2007 ਦੇ ਵਿੱਚ
MLA ਦਾ ਇਲੈਕਸ਼ਨ ਵੀ ਜਿਹਨਾਂ ਨੇ ਸ਼ਿਵ ਸੈਨਾ ਪਾਰਟੀ ਵੱਲੋਂ ਲੜਿਆ, ਔਰ ਇਹਨਾਂ ਦੇ ਨਾਲ ਨਾਲ ਸਾਡੇ ਦਾਣਾ ਮੰਡੀ ਤੋਂ ਪ੍ਰਧਾਨ ਨੇ ਸਾਡੇ ਪਿੱਛੋਂ ਅੱਗੇ ਕਰੋ ਨਾ ਸਰ ਜੀ, ਤੁਹਾਡਾ ਤਾਂ ਕਰਤਾ ਜੀ ਹੋ ਗਿਆ। ਪ੍ਰਿੰਕਾ ਜੀ ਕਿੱਧਰ ਨੇ? ਬੌਬੀ ਜੀ ਨੇ ਪਿੰਡ ਬਿਰੜੋਂ ਤੋਂ, ਅਤੇ ਇਹਨਾਂ ਦੇ ਨਾਲ ਨਾਲ ਸਾਡੇ ਹਰਮੇਸ਼ਵਰ ਜੀ, ਹਰਮੇਸ਼ ਜੀ, ਹਰਮੇਸ਼ ਸਿੰਘ ਜੀ ਪਿੰਡ ਰਾਮਪੁਰ ਤੋਂ ਮੌਜੂਦਾ ਸਰਪੰਚ ਨੇ, ਔਰ ਨਾਲ ਹੇਮਰਾਜ ਜੀ ਜਿਹੜੇ ਕਿ ਪਿੰਡ ਬਿਰੜੋਂ ਤੋਂ ਮੌਜੂਦਾ ਸਰਪੰਚ ਨੇ, ਔਰ ਬਲਵੀਰ ਸਿੰਘ ਢਿੱਲੋਂ ਸਾਹਿਬ ਦੇ ਨਾਲ ਮੈਂ ਤੁਹਾਡਾ ਰੂਬਰੂ ਕਰਵਾਈ ਦਿੱਤਾ। ਕਿਰਪਾਲ ਪਾਲਾ ਜੀ ਜੋ ਕਿ ਸਾਡੇ ਗੜਸ਼ੰਕਰ ਦੇ ਨਗਰ ਕੌਂਸਲ ਦੇ ਮੈਂਬਰ ਨੇ, ਔਰ ਨਾਲ ਸਾਡੇ ਅਮਰੀਕ ਸਿੰਘ ਜੀ ਜਿਨ੍ਹਾਂ ਦੇ ਕਿ ਮਦਰ ਗੜਸ਼ੰਕਰ ਤੋਂ ਸ਼ੀਲਾ ਦੇਵੀ ਜੀ ਕੌਂਸਲਰ ਨੇ, ਅੱਜ ਇਹਨਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ। ਇਹਨਾਂ ਨਾਲ ਲੰਬੜਦਾਰ ਜੀ ਸਾਡੇ ਹਰਿੰਦਰ ਸਿੰਘ ਮਾਨ ਜੋ ਕਿ ਆਪ ਖੁਦ ਕੌਂਸਲਰ ਰਹੇ ਨੇ, ਇਹਨਾਂ ਦੇ ਬਾਈ ਵੀ ਜਸਵਿੰਦਰ ਕੌਰ ਜੀ ਜੋ ਕਿ ਗੜਸ਼ੰਕਰ ਤੋਂ ਕੌਂਸਲਰ ਨੇ, ਔਰ ਇਹਨਾਂ ਨਾਲ ਦੀਪਕ MC ਜੀ ਜਿਨ੍ਹਾਂ ਨੇ ਕਿ ਕੋਰੋਨਾ ਕਾਲ ਦੇ ਵਿੱਚ ਵੀ ਲੋਕਾਂ ਦੀ ਬਾਂਹ ਫੜੀ, ਔਰ ਲੋਕਾਂ ਨੇ ਇਹਨਾਂ ਨੂੰ ਜਿਹੜਾ ਵੱਡੇ ਮਾਰਜਨ ਦੇ ਨਾਲ ਗੜਸ਼ੰਕਰ ਦੇ ਵਿੱਚ ਨਗਰ ਕੌਂਸਲ ਦੇ ਵਿੱਚ ਭੇਜਿਆ, ਸਾਡੇ ਵੀਰ ਦੀਪਕ ਠੇਕੇਦਾਰ ਜੀ, ਔਰ ਇਹਨਾਂ ਦੇ ਨਾਲ ਸੁਮਿਤ ਸੋਨੀ ਜੀ ਜਿਹੜੇ ਕਿ ਸਾਡੇ ਕੌਂਸਲਰ ਨੇ, ਇਹ ਵੀ ਵਾਰਡ ਨੰਬਰ 4 ਗੜਸ਼ੰਕਰ ਤੋਂ। ਨਾਰੇ ਸਾਡੇ ਹਰਪ੍ਰੀਤ ਜੀ, ਹਰਪ੍ਰੀਤ ਸਿੰਘ ਜੀ ਜਿਹੜੇ ਕਿ ਪੇਸ਼ੇ ਵਜੋਂ ਵਕੀਲ ਨੇ, ਔਰ ਗੜਸ਼ੰਕਰ ਤੋਂ ਕੌਂਸਲਰ ਨੇ, ਔਰ ਨਾਲ ਹੀ ਸਾਡੇ ਜਿਹੜੇ ਮਾਲਪੁਰ ਗੜਸ਼ੰਕਰ ਦੇ ਵਪਾਰ ਮੰਡਲ ਜਿਹੜਾ ਆ ਉਹਦੇ ਪ੍ਰਧਾਨ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਾਲੀਆ ਸਾਹਿਬ। ਅੱਜ ਸਾਡੇ ਸਾਰੇ ਸਾਥੀਆਂ ਨੇ ਜਿਹੜਾ ਆ ਆਮ ਆਦਮੀ ਪਾਰਟੀ ਸ਼ਾਮਿਲ ਹੋਏ, ਮੈਂ ਸਾਰਿਆਂ ਨੂੰ ਜੀਆਂ ਆਖਦਾ, ਸਵਾਗਤ ਆਖਦਾ, ਔਰ ਇਹਨਾਂ ਨਾਲ ਵਾਅਦਾ ਕਰਦਾ ਜਿਨ੍ਹਾਂ ਹੱਕਾਂ ਹਕੂਕਾਂ ਦੇ ਲਈ, ਜਿਨ੍ਹਾਂ ਉਮੀਦਾਂ ਦੇ ਲਈ ਕਿ ਪੰਜਾਬ ਦਾ ਭੱਲਾ ਹੋਵੇ, ਹਲਕਾ ਗੜਸ਼ੰਕਰ ਦਾ ਜਿਹੜਾ ਵਿਕਾਸ ਹੋਵੇ, ਜਿਹੜੀਆਂ ਉਮੀਦਾਂ ਨੂੰ ਲੈ ਕੇ ਮੇਰੇ ਸਾਥੀ ਸ਼ਾਮਿਲ ਹੋਏ ਆ, ਮੈਂ ਸਾਰਿਆਂ ਨੂੰ ਜੀਆਂ ਆਖਦਾ, ਔਰ ਇਹਨਾਂ ਨਾਲ ਵਾਅਦਾ ਕਰਦਾ ਕਿ ਜਿਹੜੀਆਂ ਉਮੀਦਾਂ ਨੂੰ ਲੈ ਕੇ ਸ਼ਾਮਿਲ ਹੋਏ ਉਹਨਾਂ ਦੇ ਉੱਪਰ ਖਰੇ ਉਤਰਾਂਗੇ। ਔਰ ਸਾਰਿਆਂ ਨੇ ਪ੍ਰਣ ਕੀਤਾ ਹੈ ਕਿ ਮਾਣਯੋਗ ਮਾਲਵਿੰਦਰ ਕੰਗ ਸਾਹਿਬ ਜਿਨ੍ਹਾਂ ਨੂੰ ਕਿ ਪਾਰਟੀ ਨੇ ਹਲਕਾ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨਿਆ, ਵੱਡੇ ਮਾਰਜਨ ਦੇ ਨਾਲ ਗੜਸ਼ੰਕਰ ਤੋਂ ਸੀਟ ਜਿਤਾ ਕੇ ਜਿਹੜਾ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਝੋਲੀ ਪਾਵਾਂਗੇ, ਔਰ ਲੋਕ ਸਭਾ ਦੇ ਵਿੱਚ ਮਾਲਵਿੰਦਰ ਕੰਗ ਸਾਹਿਬ ਨੂੰ ਜਿਹੜਾ ਆ ਆਪਣੇ ਹਲਕੇ ਦੀ ਆਵਾਜ਼ ਬਣਾ ਕੇ ਭੇਜਾਂਗੇ। ਇਹਨਾਂ ਸ਼ਬਦਾਂ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਔਰ ਜਿਹੜੇ ਸਾਥੀ ਸ਼ਾਮਿਲ ਹੋਏ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ, ਬਹੁਤ ਬਹੁਤ ਵੈਲਕਮ।